हेलो एवरीवन गुड इवनिंग वेलकम बैक टू आवर ऑफिशियल YouTube चैनल गिल््समेंट और ऑनलाइन ई लर्निंग प्लेटफॉर्म टू गेट ऑल रिसेंट नोटिफिकेशन राइट नाउ सब्सक्राइब दिस चैनल एंड डू नॉट फॉरगेट द प्रेस बेल आइकन गाइस जिमे तन्नू पता है कि आपा ਤੁਹਾਡੇ ਲਈ ਜਿਹੜਾ ਪੰਜਾਬ ਪਟਵਾਰੀ 2020 ਕ੍ਰੈਸ਼ ਕੋਰਸ ਡੇਲੀ ਲੈ ਕੇ ਆਉਂਦੇ ਆ ਇਸ ਵਿੱਚ ਕੰਪਿਊਟਰ ਦੀ ਕਲਾਸ ਰਹਿੰਦੀ ਹੈ ਅੱਜ ਆਪਾਂ ਨੈਕਸਟ ਪਾਰਟ ਲੈ ਕੇ ਆਏ ਆ ਪਾਰਟ 5 ਪਾਰਟ 5 ਤੱਕ ਆਪਾਂ ਕੰਪਲੀਟ ਕਰ ਲਏ ਸੀਗੇ ਅੱਜ ਆਪਾਂ ਨੈਕਸਟ ਪਾਰਟ ਲੈ ਕੇ ਆਏ ਆ 6th ਪਾਰਟ ਠੀਕ ਹੈ ਆਪਾਂ 100 ਕੁਐਸਚਨ ਜਿਹੜੇ ਨੇ ਅਪ ਟੂ ਵਿਦ ਐਕਸਪਲੇਨੇਸ਼ਨ 100 ਤੋਂ ਜ਼ਿਆਦਾ ਕਰ ਲਏ ਨੇ ਅੱਜ ਆਪਾਂ ਨੈਕਸਟ 20 ਕੁਐਸਚਨਸ ਲੈ ਕੇ ਆਏ ਆ ਵਿਦ ਐਕਸਪਲੇਨੇਸ਼ਨ ਠੀਕ ਹੈ ਤੇ ਹੁਣ ਤੁਸੀਂ ਇਦਾਂ ਕਰੋ ਕਿ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਅੱਜ ਦਾ ਲਾਈਵ ਸੈਸ਼ਨ ਤਾਂ ਕਿ ਇਹ ਵੀਡੀਓ ਹਰ ਇੱਕ ਸਟੂਡੈਂਟ ਤੱਕ ਪਹੁੰਚ ਸਕੇ ਤੇ ਇਸ ਨੂੰ ਜੁਆਇਨ ਕਰਕੇ ਫ੍ਰੀ ਵਿੱਚ ਤਿਆਰੀ ਕਰ ਸਕਣ ਠੀਕ ਹੈ ਤੇ ਗਾਇਸ ਅੱਜ ਮੈਂ ਤੁਹਾਨੂੰ ਕਰਵਾਵਾਂਗੀ ਜਿੰਨੇ ਵੀ ਕੰਪਿਊਟਰ ਦੇ ਪ੍ਰੀਵੀਅਸ ਪੇਪਰ ਹੋਏ ਨੇ ਪੰਜਾਬ ਸਟੇਟ ਲੈਵਲ ਦੇ ਠੀਕ ਹੈ ਉਹਦੇ ਵਿੱਚ ਜਿਹੜੇ ਕੁਐਸ਼ਨ ਆਏ ਸੀਗੇ ਉਹਨਾਂ ਵਿੱਚੋਂ ਕੁਐਸ਼ਨਸ ਹਾਂਜੀ ਗਾਇਸ ਤੇ ਜਿੰਨੇ ਵੀ ਕੁਐਸ਼ਨ ਲਏ ਗਏ ਨੇ ਸਾਰੇ ਪ੍ਰੀਵੀਅਸ ਪੇਪਰਾਂ ਵਿੱਚੋਂ ਲਏ ਗਏ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਿੰਨੇ ਸਟੇਟ ਲੈਵਲ ਦੇ देन ਸੈਂਟਰ ਲੈਵਲ ਦੇ ਪੇਪਰ ਹੁੰਦੇ ਨੇ ਉਹਨਾਂ ਵਿੱਚ ਕੰਪਿਊਟਰ ਦੇ ਕੁਐਸ਼ਨ ਆਉਂਦੇ ਨੇ ਤੇ ਗਾਇਸ ਅੱਜ ਚੱਲਦੇ ਆ ਆਪਾਂ ਨੈਕਸਟ ਕੁਐਸ਼ਨ ਤੇ ਅੱਜ ਦਾ ਫਰਸਟ ਕੁਐਸ਼ਨ ਐਸ ਦੇ ਸੈਸ਼ਨ ਦਾ ਤੇ ਜਲਦੀ ਤੋਂ ਜਲਦੀ ਤੁਸੀਂ ਸੈਸ਼ਨ ਨੂੰ ਸ਼ੇਅਰ ਕਰ ਦਿਓ ਠੀਕ ਹੈ ਜਿੰਨੇ ਕੁਐਸ਼ਨ ਲੈਣੇ ਮਲਟੀ ਚੁਆਇਸ ਨੇ ਇੱਕ ਸਟੇਟਮੈਂਟ ਦਿੱਤੀ ਹੋਏਗੀ ਪੰਜ ਆਪਸ਼ਨਸ ਦਿੱਤੇ ਹੋਣਗੇ ਜੇਕਰ ਤੁਹਾਨੂੰ ਆਨਸਰ ਪਤਾ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਨਹੀਂ ਪਤਾ ਹੈ ਤੇ ਤੁਸੀਂ ਠੀਕ ਹੈ ਆਨਸਰ ਦਾ ਆਈਡੀਆ ਲਗਾ ਕੇ ਫਿਰ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਤੁਸੀਂ ਪਹਿਲੇ ਦੇ ਪੜੇ ਹੋਏ ਨੇ ਕਨਸੈਪਟ ਤੁਹਾਡੇ ਲਈ ਰਿਵੀਜ਼ਨ ਹੋ ਜਾਏਗੀ ਅਗਰ ਨਹੀਂ ਪੜੇ ਨੇ ਤੇ ਨਿਊ ਕਨਸੈਪਟ ਮਿਲ ਜਾਏਗਾ ਹੈਨਾ ਤੇ ਜਿੰਨੇ ਵੀ ਸਾਡੇ ਪਲੇਲਿਸਟ ਤੇ ਕਾਫੀ ਵੀਡੀਓਜ਼ ਪਈਆਂ ਨੇ ਹਸ ਤੱਕ ਠੀਕ ਹੈ ਆਪਾਂ 3000 ਪਲੱਸ ਕੁਸ਼ਨ ਕਰ ਚੁੱਕੇ ਹਾਂ ਅਸਕ ਜਿੰਨੇ ਵੀ ਸਟੂਡੈਂਟ ਨੇ ਦੇਖ ਸਕਦੇ ਨੇ ਸਾਡੀ ਪਲੇਲਿਸਟ ਤੇ ਜਾ ਕੇ ਤੇ ਆਪਾਂ ਪਲੇਲਿਸਟ ਤੇ ਜਿਹੜਾ ਚੈਨਲਸ ਦੇ ਕਲਾਸਿਸ ਨੇ ਰੱਖੀਆਂ ਹੋਈਆਂ ਨੇ ਠੀਕ ਹੈ ਕਦੀ ਵੀ ਡਾਊਨਲੋਡ ਕਰਕੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਗਾਇਸ ਤੇ ਅੱਜ ਦੇ ਸੈਸ਼ਨ ਦਾ ਫਰਸਟ ਕੁਐਸਚਨ ਹੈਗਾ ਇਹ ਡੈਸ਼ ਇਜ਼ ਅ ਸਮਾਲ ਸਕੇਲ ਡਾਟਾ ਸੈਂਟਰ অর ਕਲਸਟਰ ਆਫ ਕੰਪਿਊਟਰਸ ਡਿਜ਼ਾਈਨ ਟੂ ਪ੍ਰੋਵਾਈਡ ਕਲਾਊਡ ਕੰਪਿਊਟਿੰਗ ਸਰਵਿਸ ਟੂ ਮੋਬਾਈਲ ਡਿਵਾਈਸ ਦੇਖੋ ਸਭ ਤੋਂ ਪਹਿਲਾਂ ਤੇ ਸਾਨੂੰ ਕਲਸਟਰ ਵਰਡ ਦਾ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਕਲਸਟਰ ਕੀ ਹੁੰਦਾ ਇੱਕ ਬੰਚੀਸ ਹੁੰਦੀਆਂ ਨੇ ਹੈਨਾ ਇਦਾਂ ਮਤਲਬ ਗੁੱਛਾ ਜਿਹਨੂੰ ਕਹਿ ਦਿੰਦੇ ਆ ਮਤਲਬ ਇੱਕ ਸਮਾਲ 스ਕੇਲ ਦਾ ਡਾਟਾ ਸੈਂਟਰ ਕਲਸਟਰ ਬਣਾਇਆ ਗਿਆ ਹੈ ਡਿਜ਼ਾਈਨ ਕੀਤਾ ਗਿਆ ਜੋ ਸਾਨੂੰ ਕੀ ਪ੍ਰੋਵਾਈਡ ਕਰਦਾ ਹੈ ਕਲਾਊਡ ਕੰਪਿਊਟਿੰਗ ਸਰਵਿਸ ਹੈਨਾ ਟੂ ਮੋਬਾਈਲ ਡਿਵਾਈਸਸ ਤੱਕ ਦੇਖੋ ਤੇ ਇਸ ਦਾ ਸਹੀ ਆਨਸਰ ਕੀ ਆਪਾਂ ਕਰ ਸਕਦੇ ਆ ਇਸ ਦਾ ਸਹੀ ਆਨਸਰ ਹੈਗਾ ਹੈ ਗਾਇਸ ਕਲਾਊਡ ਲੈਟ ਜਿਸ ਨੂੰ ਆਪਾਂ ਕਹਿ ਦਿੰਦੇ ਆ ਕਲਾਊਡ ਲੈਟ ਇਸ टर्म ਨੂੰ ਆਪਾਂ ਕਹਿ ਦਿੰਦੇ ਆ ਕਲਾਊਡ ਲੈਟ ਤੇ ਕਲਾਊਡ ਕੰਪਿਊਟਿੰਗ ਦਾ ਮਤਲਬ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਲਾਈਕ ਜਿੰਨਾ ਵੀ ਸਾਡਾ ਅੱਜਕਲ ਡਾਟਾ ਸੇਵ ਹੁੰਦਾ ਜੀਮੇਲ ਦਾ ਜਿੰਨਾ ਵੀ ਮਤਲਬ ਆਪਾਂ ਫੋਟੋਸ ਸੇਵ ਕਰਦੇ ਨੇ ਜਿਵੇਂ ਕਹਿੰਦੇ ਨੇ ਗੂਗਲ ਡਰਾਈਵ ਤੇ ਸਭ ਕਲਾਊਡ ਤੇ ਹੁੰਦਾ ਹੈ ਨਾ ਸਰਵਰ ਤੇ ਕਹਿ ਦਿੰਦੇ ਆ ਚਲਦੇ ਆ ਨੈਕਸਟ ਕੁਐਸਚਨ ਤੇ ਥੋੜੀ ਥੋੜੀ ਐਕਸਪਲੇਨੇਸ਼ਨ ਦਿੱਤੀ ਹੋਈ ਹੈ ਤੁਸੀਂ ਖੁਦ ਪੜ ਲੈਣੀ ਹੈ ਸੈਕਿੰਡ ਕੁਐਸਚਨ ਹੈ ਅੱਜ ਦੇ ਸੈਸ਼ਨ ਦਾ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਸੈਸ਼ਨ ਨੂੰ dash is an exploit that takes advantage of a vulnerable device to gain access to a network apa dasne kis type di jehdi term hai jisnu matlab ek advanced advantage is the advantage of vulnerable device to gain access to the network hai na te kis tarah da kis tarah di device hai that is called device attack device attack is exploit that take advantage of a vulnerable device to gain access to within the network theek hai jivein tonu pata hai ki aap networking vich kafi vulnerability hai na idan de words suni honge then device attack theek hai te is to tusi yaad rakhna hai device attack next question de chalde ha dash is the exploiting of vulnerabilities in embedded software to gain control of the device hanji vulnerabilities what dost tannu sab to pehle pata hona chahiye embedded software kede hunde ne dekho embedded software softwares kithan de hunde ne jivein tannu pata jeh sadi jehdi tade mereyal example dawa te jehde matlab ਇਕ ਕਹਿ ਸਕਦੇ ਇੱਕ ਆਟੋਮੈਟਿਕ ਸਿਸਟਮ ਕ੍ਰੀਏਟ ਕੀਤਾ ਹੁੰਦਾ ਆਟੋਮੈਟਿਕ ਕਹਿ ਸਕਦੇ ਆ ਮਸ਼ੀਨਰੀ ਜਿੱਦਾਂ ਕਿ ਆਪਾਂ ਸਾਡੀ ਵਾਸ਼ਿੰਗ ਮਸ਼ੀਨ ਦੇਖ ਲਓ ਇਹ ਵੈਡਡ ਸਿਸਟਮ ਹੈ ਇੱਕ ਤਰ੍ਹਾਂ ਦਾ ਹੈ ਨਾ ਹਾਰਡਵੇਅਰ ਦੇ ਨਾਲ ਕੰਬਾਈਨ ਕਰਕੇ ਸੌਫਟਵੇਅਰ ਨੂੰ ਕੀ ਕੀਤਾ ਜਾਂਦਾ ਇਸ ਤੇ ਇੱਕ ਪ੍ਰੋਗਰਾਮਿੰਗ ਟਾਈਪ ਕੀਤੀ ਗਈ ਹੈ ਹਾਂਜੀ ਇਨਾ ਟਾਈਮ ਰੱਖਿਆ ਜਾਂਦਾ ਹੈ ਇਸ ਟਾਈਮ ਤੇ ਵਾਸ਼ ਹੋਣਾ ਹੈ ਕੱਪੜੇ ਹੈ ਨਾ ਇਸ ਟਾਈਮ ਤੇ ਸਪਿਨ ਕਰ ਸਕਦੇ ਆ ਇੰਨੇ ਟਾਈਮ ਨੂੰ ਡਰਾਈ ਹੋ ਜਾਣੇ ਹੈ ਇਤਨੇ ਵੈਡਡ ਸੌਫਟਵੇਅਰ ਕਹਿ ਸਕਦੇ ਉਸ ਵਿੱਚ ਫਿਟ ਕੀਤਾ ਹੁੰਦਾ ਹੈ ਨਾ ਜਿਹੜਾ ਕੰਟਰੋਲ ਕਰਦਾ ਉਸ ਦੇ ਡਿਵਾਈਸ ਨੂੰ ਤੇ ਇਸ ਨੂੰ ਵਰਨੇਬਿਲਟੀ ਇਸ ਨੂੰ ਐਕਸਪਲੋਇਟਿੰਗ ਇਹਦਾ ਸਹੀ ਅਨਸਰ ਕੀ ਹੈ ਇੰਬੈਡਡ ਡਿਵਾਈਸ ਹੈਕਿੰਗ ਠੀਕ ਹੈ ਗਾਇਸ ਚਲਦੇ ਆ नेक्स्ट ਕੁਐਸਚਨ ਦੇ ਥੋੜੇ ਵੱਡ ਤਨ ਵਜ ਟਫ ਲੱਗਣਗੇ ਦੇਖਣ ਨੂੰ ਲਾਸਟ ਵਾਲਾ ਸੈਸ਼ਨ ਵੀ ਥੋੜਾ ਇਦਾਂ ਹੀ ਸੀਗਾ ਠੀਕ ਹੈ ਘਬਰਾਣਾ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਆ ਸਕਦਾ ਹੈ ਸਾਰੇ ਰਿਵਾਈਜ਼ ਕਰਕੇ ਜਾਣੇ ਆਪਾਂ ਡੈਸ਼ ਇਸ ਦੀ ਫਲੈਸ਼ ਮੈਮਰੀ ਚਿਪ ਦੈਟ ਸਟੋਰ ਸਪੈਸ਼ਲਾਈਜ਼ਡ ਸੌਫਟਵੇਅਰ ਰਨਿੰਗ ਔਨ ਅ ਚਿਪ ਇਨ ਐਨ ਇੰਬੈਡਡ ਡਿਵਾਈਸ ਟੂ ਕੰਟਰੋਲ ਇਟਸ ਫੰਕਸ਼ਨਸ ਆਪਾਂ ਦੱਸਣਾ ਹੈ ਕਿ ਮਤਲਬ ਅਗਰ ਆਪਾਂ ਸੁਣਿਆ ਹੋਏਗਾ ਕਾਦੇ ਬਾਰੇ ਮੈਮਰੀ ਚਿਪ ਫਲੈਸ਼ ਮੈਮਰੀ ਚਿਪ ਦੇ ਬਾਰੇ ਹੈਨਾ ਜਿਸ ਵਿੱਚ ਕੀ ਮਤਲਬ ਇੱਕ ਸਪੈਸ਼ਲੀ ਸਟੋਰ ਕਰਕੇ ਰੱਖਦੀ ਹੈ ਜਿਹਦਾ ਸੌਫਟਵੇਅਰ ਬਣਾਇਆ ਗਿਆ ਹੈ ਹੈਨਾ ਜਿਹਦੇ ਵਿੱਚ ਜਿੱਦਾਂ ਆਪ ਸਾਨੂੰ ਪਤਾ ਹੈ ਕਿ ਸਾਡਾ ਮੈਮਰੀ ਕਾਰਡ ਹੈ ਜਾਂ ਪੈਨ ਡਰਾਈਵ ਹੈ ਫਲੈਸ਼ ਡਰਾਈਵ ਹੈ ਤੇ ਆਹ ਕਾਦੇ ਲਈ ਹੁੰਦੀਆਂ ਨੇ ਸਾਰੀਆਂ ਸਟੋਰੇਜ ਡਿਵਾਈਸਿਜ਼ ਨੇ ਹੈਨਾ ਐਕਸਟਰਨਲ ਸਟੋਰੇਜ ਦੇ ਅੰਡਰ ਆਉਂਦੀਆਂ ਨੇ ਠੀਕ ਹੈ ਤੇ ਇਦਾਂ ਦੇ ਤੇ ਵਿੱਚ ਕੀ ਹੁੰਦੇ ਨੇ ਬੈਡ ਡਿਵਾਈਸ ਵਿੱਚ ਇੱਕ ਸੌਫਟਵੇਅਰ ਹੁੰਦਾ ਮਤਲਬ ਪ੍ਰੋਗਰਾਮਿੰਗ ਟਾਈਪਸ ਹਨ ਜਿਹੜੇ ਫੰਕਸ਼ਨ ਨੂੰ ਕੰਟਰੋਲ ਕਰਕੇ ਰੱਖਦੇ ਨੇ ਤੇ ਇਸ ਦਾ ਸਹੀ ਆਨਸਰ ਕੀ ਆ ਜਾਏਗਾ ਇੰਬੈਡਡ ਫਰਮਵੇਅਰ ਠੀਕ ਹੈ ਇੰਬੈਡਡ ਫਰਮਵੇਅਰ ਇਸ ਦੀ ਫਲੈਸ਼ ਮੈਮਰੀ ਚਿਪ ਥੈਟ ਸਟੋਰ ਦ ਸਪੈਸ਼ਲਾਈਜ਼ਡ ਸੌਫਟਵੇਅਰ ਰਨਿੰਗ ਓਨ ਅ ਚਿਪ ਇੰਬੈਡਡ ਡਿਵਾਈਸ ਟੂ ਕੰਟਰੋਲ ਇਟਸ ਫੰਕਸ਼ਨ ਠੀਕ ਹੈ ਨੈਕਸਟ ਕੁਐਸਚਨ ਤੇ ਚਲਦੇ ਆਂ ਅਗਰ ਕਿਸੇ ਵੀ ਕੁਐਸਚਨ ਆਨਸਰ ਵਿੱਚ ਡਾਊਟ ਲੱਗ ਰਿਹਾ ਹੈ ਤੇ ਮੈਨੂੰ ਦੱਸ ਸਕਦੇ ਹੋ ਡੈਸ਼ ਇਸ ਏ ਡਿਵਾਈਸ ਵਿਚ ਸਰਵਸ as the connection point between iot devices and the cloud dekho apan dasna hai is term nu kis tarah de devices ne jehde serve karde ne connection point hai na kis kis de vich iot devices de vich te cloud de vich theek hai te is nu apan keh dinde ha iot gateway theek hai apan gateway then hub router bridge ਆ ਵਰਡ ਆਪਾਂ ਪਹਿਲੇ ਦੇ ਸੁਨੇ ਹੋਏ ਨੇ ਹੈਨਾ ਜੇਕਰ ਤੁਸੀਂ ਮੇਰੀ ਲਾਸਟ ਵਾਲੀ ਵੀਡੀਓਜ਼ ਨਹੀਂ ਦੇਖੀਆਂ ਤੁਸੀਂ ਪਲੇਲਿਸਟ ਤੇ ਜਾ ਕੇ ਵੀਡੀਓਜ਼ ਨੂੰ ਦੇਖ ਸਕਦੇ ਹੋ ਉਸ ਵਿੱਚ ਕਾਫੀ ਇਦਾਂ ਦੇ ਕੁਐਸਚਨ ਰਿਪੀਟ ਹੋ ਚੁੱਕੇ ਨੇ ਠੀਕ ਹੈ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਆਈਓਟੀ ਬਹੁਤ ਹੀ ਜ਼ਿਆਦਾ ਲੇਟੈਸਟ ਟੈਕਨੋਲੋਜੀ ਹੈ ਗਾਇਸ ਮੈਂ ਤੁਹਾਨੂੰ ਨਹੀਂ ਦੱਸਾਂਗੀ ਥੋੜਾ ਐਕਸਪਲੇਨ ਕਰਨਾ ਪਏਗਾ ਜ਼ਿਆਦਾ ਤੇ ਇਹ ਤੁਸੀਂ ਖੁਦ ਮੈਨੂੰ ਪੜ੍ਹ ਕੇ ਦੱਸੋਗੇ ਆਈਓਟੀ ਕਮੈਂਟ ਕਰਕੇ ਪਲੀਜ਼ ਮੈਨੂੰ ਦੱਸਦੇ ਹੋ ਆਈਓਟੀ ਦੀ ਫੁੱਲ ਫਾਰਮ प्लस इज द एक्सपलशन विद इन वन एंड टू लाइनस ठीक है आई ओ टी देखो दिस इज द सॉफ्टवेयर दैट सर एज इंटरफेस बिटवीन आई ओ टी ऑफ द आईओ कॉम्पोनेंट ऑफ द आई ओ टी तो इसमें आप कह दिता सी आई ओ टी मिडल वियर ठीक है फस्ट क्वेश्चन की पढ़िया आप जो की करता है कनैक्शन पॉइंट होंगे किस आईओ टी डिवाइस एंड क्लाउड उसू कह दें आईओ टी गेट वे जो इंटरफेस करता है कॉम्पोनेंट ऑफ आईओटी उस दें आईओ टी मिडलवेयर ठीक है मिडलवर नैक्सट क्वेश्चन चलते हैं डैश इज ए ग्रुप ऑफ फैक्ट कंप्यूटर समार्ट एप्लाइंस एंड इंटरनेट कनेक्ट डिवाइस दैट हैव बीन को ऑपरेट ਔਰ ਇਲੀਸਿਟ ਪਰਪਸ ਦੇਖੋ ਆਪਾਂ ਦੱਸਣਾ ਹੈ ਕਿ ਇੱਕ ਗਰੁੱਪ ਆਫ ਮਤਲਬ ਕਿ ਕਿਦਾਂ ਦਾ ਸਿਸਟਮ ਕ੍ਰੀਏਟ ਕੀਤਾ ਗਿਆ ਜਿਹੜਾ ਕਿ ਹੈਕ ਕੰਪਿਊਟਰ ਹੈ ਨਾ ਗਰੁੱਪ ਆਫ ਹੈਕਡ ਕੰਪਿਊਟਰ 스마트 ਅਪਲੈਂਸਸ ਦੇ ਆ ਜਾਂ ਇੰਟਰਨੈਟ ਕਨੈਕਸ਼ਨ ਡਿਵਾਈਸਸ ਨੂੰ ਹੈਕ ਕਰਦਾ ਹੈ ਨਾ ਕਿਸੇ ਇਪਲੀਸਿਟ ਪਰਪਸ ਦੇ ਲਈ ਠੀਕ ਹੈ ਤੇ ਇਸ ਦਾ ਸਹੀ ਆਨਸਰ ਕੀ ਹੋ ਸਕਦਾ ਆਈਓਟੀ ਬੋਟਨੈਟ ਠੀਕ ਹੈ IoT botnet botnet word ਆਪਾਂ ਕੱਲ ਪਰसों ਵੀ ਕਿਸੇ ਵੀਡੀਓ ਵਿੱਚ ਕੀਤਾ ਸੀਗਾ ਜਿਨ੍ਹਾਂ ਸਟੂਡੈਂਟਾਂ ਨੇ ਲਾਸਟ ਵੀਡੀਓਜ਼ ਨਹੀਂ ਦੇਖੀਆਂ ਪਲੇਟਸ ਤੇ ਜਾ ਕੇ ਲਿਸਟ ਤੇ ਜਾ ਕੇ ਤੁਸੀਂ ਕੀ ਕਰ ਸਕਦੇ ਹੋ ਵੀਡੀਓ ਨੂੰ ਕਦੇ ਵੀ ਡਾਊਨਲੋਡ ਕਰਕੇ ਦੇਖ ਸਕਦੇ ਹੋ ਠੀਕ ਹੈ ਨੈਕਸਟ ਕੁਐਸਚਨ ਹੈ ਡੈਸ਼ ਇਜ਼ ਅ ਲਾਰਜ ਟ੍ਰਾਂਸਮਿਸ਼ਨ ਲਾਈਨ ਥੈਟ ਕੈਰੀਜ਼ ਡਾਟਾ ਗੈਦਰ ਫਰੋਮ ਸਮਾਲਰ ਲਾਈਨ ਥੈਟ ਇੰਟਰਕਨੈਕਟ ਵਿਦ ਇਟ ਠੀਕ ਹੈ ਇਸ ਦਾ ਸਹੀ ਇਸ ਦੇ ਆਪਸ਼ਨਸ ਦੇਖ ਲਓ ਪੰਜ ਆਪਸ਼ਨਸ ਦਿੱਤੇ ਹੋਏ ਨੇ ਸਹੀ ਆਨਸਰ ਦੇਣ ਦੀ ਕੋਸ਼ਿਸ਼ ਕਰੋ ਜੇਕਰ ਤੁਹਾਨੂੰ ਪਤਾ ਹੈ ਕੁਝ ਆਈਡੀਆ ਲੱਗਦਾ ਹੈ ਕਹਿੰਦੇ ਕਿ ਡੈਸ਼ ਇਜ਼ ਅ ਲਾਰger ਟ੍ਰਾਂਸਮਿਸ਼ਨ ਲਾਈਨ दैट ਕੈਰੀਜ਼ ਡਾਟਾ ਡਾਟਾ ਗੈਦਰਸ ਫਰੋਮ ਸਮਾਲਰ ਲਾਈਨ दैट ਇੰਟਰਕਨੈਕਟ ਵਿਦ ਇਟ ਅੱਛਾ ਆਪਾਂ ਕਮਿਊਨੀਕੇਸ਼ਨਸ ਦੇ ਵਿੱਚ ਜਦੋਂ ਆਪਾਂ ਕਮਿਊਨੀਕੇਟ ਕਰਦੇ ਹਾਂ ਉਸ ਦੇ ਵਿੱਚ ਕੈਰੀਜ਼ ਕਰਨ ਲਈ ਸਾਨੂੰ ਕੀ ਚਾਹੀਦੀ ਹੁੰਦੀ ਹੈ ਨੇ ਟ੍ਰਾਂਸਮਿਸ਼ਨ ਲਾਈਨਸ ਚਾਹੀਦੀ ਹੁੰਦੇ ਨੇ ਐਂਡ ట్రాన్స్‌ਮਿਸ਼ਨ ਲਾਈਨਸ ਮਤਲਬ ਕਿਸੇ ਵੀ ਤਰ੍ਹਾਂ ਦੀ ਉਸ ਫਾਈਬਰਿਕ ਹੁੰਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਕੇਬਲਸ ਯੂਜ਼ ਕਰਦੇ ਹਾਂ ਹੈਨਾ ਤੇ ਇਸ ਤਰ੍ਹਾਂ ਦਾ ਇਸ ਦਾ ਸਹੀ ਅਨਸਰ ਕੀ ਹੈ that is called backbone ਇਸ ਦੀ ਬੈਕਬੋਨ ਹਾਂਜੀ ਅੱਜ ਦੇ ਸੀਰੀਜ਼ ਦਾ ਨੈਕਸਟ ਕੁਐਸਚਨ ਹੈ which of the following is the combination of bridge and router ਮਤਲਬ ਕਿ ਜਿਵੇਂ ਤੁਹਾਨੂੰ ਮੈਂ ਪਹਿਲੇ ਦੱਸ ਚੁੱਕੀ ਹਾਂ ਬ੍ਰਿਜ ਐਂਡ ਰਾਊਟਰ ਸਾਰੇ ਇਸ ਦੇ ਬਾਰੇ ਸਾਨੂੰ ਟਰਮਸ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਇਸ ਦੇ ਕੰਬੀਨੇਸ਼ਨ ਨੂੰ ਕੀ ਕਿਹਾ ਜਾਂਦਾ ਹੈ ਇਸ ਕਾਲਡ ਰਾਊਟਰ ਬੀ ਰਾਊਟਰ ਠੀਕ ਹੈ ਵੀ ਰਾਊਟਰ ਕਹਿ ਸਕਦੇ ਹਾਂ ਬੀ ਰਾਊਟਰ ਬੀ ਪਲੱਸ ਬ੍ਰਿਜ ਤੋਂ ਆਇਆ ਬੀ ਐਂਡ ਰਾਊਟਰ ਦਾ ਵਰਡ ਬਣ ਗਿਆ ਪੂਰਾ ਬੀ ਰਾਊਟਰ ਠੀਕ ਹੈ ਨੈਕਸਟ ਕੁਐਸਚਨ ਚਲਦੇ ਹਾਂ ਬਹੁਤ ਈਜ਼ੀ ਐ ਇਦਾਂ ਟਰਮ ਨੂੰ ਆਪਾਂ ਮਤਲਬ ਟਰਮ ਨੂੰ ਇੱਦਾਂ ਕੀ ਕਰ ਸਕਦੇ ਆ ਇੱਦਾਂ इजीली ਯਾਦ ਕਰ ਸਕਦੇ ਆ ਵਿਚ ਆਫ ਦੀ ਫੋਲੋਇੰਗ ਫੋਰਵਰਡਸ ਪੈਕੇਟ ਟੂ ਕੰਪਿਊਟਰ ਹੋਸਟ ਵਿਦੀਨ ਅ ਨੈਟਵਰਕ ਬਟ ਨੋਟ ਬਿਟਵੀਨ ਨੈਟਵਰਕਸ ਆਪਾਂ ਦੱਸਣਾ ਹੈ ਕਿ ਇਸ ਵਿੱਚ ਕਿਹੜਾ ਜਿਹਾ ਮਤਲਬ ਉਹ ਟਰਮ ਹੈ ਜਿਸ ਨੂੰ ਆਪਾਂ ਯੂਜ਼ ਕਰਦੇ ਆ ਕਿ ਜੋ ਫੋਰਵਰਡ ਪੈਕੇਟ ਨੂੰ ਕੀ ਕਰਦਾ ਹੈ ਕੰਪਿਊਟਰ ਹੋਸਟ ਤੇ ਕਿਸੇ ਨੈਟਵਰਕ ਤੇ ਤਾਂ ਕਰਦਾ ਬਟ ਨੋਟ ਬਿਟਵੀਨ ਦੀ ਨੈਟਵਰਕਸ ਹੈ ਨਾ ਇਸ ਨੂੰ ਆਪਾਂ ਕਹਿ ਦਿੰਦੇ ਆ ਕੋਰ ਰਾਊਟਰ ਇਸ ਕਾਲ ਕੋਰ ਰੌਟਰ ਠੀਕ ਹੈ ਨੈਕਸਟ ਕੁਐਸਚਨ ਤੇ ਚਲਦੇ ਆ ਗਾਇਸ ਥੋੜੇ ਇਦਾਂ ਦੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ ਇਸ ਲਈ ਥੋੜੇ ਕੁਐਸਚਨ ਕੰਪਲੈਕਸ ਲਏ ਗਏ ਨੇ ਅੱਜ ਹੈਨਾ ਡੈਸ਼ ਇਜ਼ ਅ ਸਮਾਲ ਪੀਸ ਆਫ ਡਾਟਾ sent from a website and store on the user's computer by the user's web browser while the user is browsing ਦੇਖੋ ਇਸ ਵਿੱਚ ਆਪਾਂ ਕਿੰਨੇ ਵਰਡ ਪੜੇ ਨੇ ਵੈਬਸਾਈਟ ਸਭ ਨੂੰ ਪਤਾ ਵੈਬਸਾਈਟ ਬਾਰੇ ब्राउजर है ना वैब ब्राउज़र कि होंगे ने जो थ्रू आप इंटरनेट मतलब की करते हैं यूज़ करते हैं ना चलाते जमें कि ब्राउजरस ने गूगल क्रोम है इंटरनेट एक्सप्लोर है दैन मोजीला फायरफोक्स है ना देखो तो इसका सही आंसर की है इस द करैक्ट आंसर इज कुकी कुकी वर्ड सब ने सुनिया है कुकीज़ की कर दें एक समॉल पीस ऑफ डाटा सेंड जो भी आप करते हैं ਸਰਚ ਕਰਦੇ ਆਂ ਕੁਝ ਵੈਬਸਾਈਟ ਨੂੰ ਓਪਨ ਕਰਦੇ ਆਂ ਠੀਕ ਹੈ ਯੂਜ਼ਰ ਕੀ ਕਰਦਾ ਹੈ ਅਸੈਸ ਕਰਦਾ ਕੋਈ ਕਿਸੇ ਵੈਬਸਾਈਟ ਨੂੰ ਆਪਣੇ ਕੰਪਿਊਟਰ ਤੇ ਤੇ ਕੁਕੀਜ਼ ਕਿ ਹੋ ਜਾਂਦੀ ਨੇ ਸਟੋਰ ਹੋ ਜਾਂਦੀਆਂ ਨੇ ਹੈਨਾ ਜਦੋਂ ਮਤਲਬ ਜਿਵੇਂ ਤਾਂ ਤੁਸੀਂ ਮੋਬਾਈਲ ਤੇ ਵੀ ਦੇਖਿਆ ਹੋਏਗਾ ਸਾਡੀ ਕੁਕੀਜ਼ ਫਾਈਲਾਂ ਕਿੰਨੀਆਂ ਹੋ ਜਾਂਦੀਆਂ ਨੇ ਹੈਨਾ ਇਦਾਂ ਜਿਹੜੇ-ਜਿਹੜੇ ਆਪਾਂ ਵੈਬਸਾਈਟਸ ਨੂੰ ਅਸੈਸ ਕਰਦੇ ਜਾਂਦੇ ਆਂ ਠੀਕ ਹੈ ਫਿਰ ਆਪਾਂ ਕੀ ਕਰ ਦਿੰਦੇ ਆਂ ਕਲੀਅਰ ਨੈਕਸਟ ਕੁਐਸਚਨ ਤੇ ਚੱਲਦੇ ਆਂ विच ऑफ द फॉलोविंग इज ए कुकी दैट इज ऑटोमैटिकली रीक्रिएट आफ्टर बिंग डिट अपना उस कुकीज़ का नाम दसना जो ऑटोमैटिकली रीक्रिएट हो जाती है अपने आप है ना क्रिएट हो जाती आफ्टर बिंग डिलेट बेशक उन्होंने आपलीट भी कर दीए उस कह दें जोम्बी आ कुकीज़ जोम बी आकीज़ नैक्सट क्वेश्चन चलते हैं गाइज डैश एगजिस्ट ऑनली ए टैम्परेरी इन टेंपरेरीरी मैमरी वाइल्ड यूजर नेविगेट्स दैबसाइट ਕਹਿੰਦੇ ਐਗਜ਼ੀਸਟ ਓਨਲੀ ਟੈਂਪਰੇਰੀ ਮੈਮਰੀ ਮਤਲਬ ਆਪਾਂ ਉਸ ਕੁਕੀ ਦਾ ਨਾਮ ਦੱਸਣਾ ਹੈ ਜਿਹੜੀ ਟੈਂਪਰੇਰੀ ਮੈਮਰੀ ਵਿੱਚ ਕੀ ਕਰਦੀ ਐਗਜ਼ੀਸਟ ਕਰਦੀ ਐ ਵਾਈਲ ਯੂਜ਼ਰ ਨੈਵੀਗੇਟਸ ਦੀ ਵੈਬਸਾਈਟ ਠੀਕ ਹੈ ਤੇ ਇਸ ਦਾ ਸਹੀ ਅਨਸਰ ਕੀ ਹੋ ਗਿਆ ਸੈਸ਼ਨ ਕੁਕੀਜ਼ ਉਸ ਨੂੰ ਆਪਾਂ ਕਹਿ ਦਿੰਦੇ ਆ ਸੈਸ਼ਨ ਕੁਕੀਜ਼ ਨੈਕਸਟ ਕੁਐਸਚਨ ਤੇ ਚੱਲਦੇ ਆ ਸੈਸ਼ਨ ਕੁਕੀਜ਼ ਆਲਸੋ ਨੋਨ ਐਸ ਸੈਸ਼ਨ ਕੁਕੀਜ਼ ਨੂੰ ਆਪਾਂ ਹੋਰ ਕਿਸ ਨਾਮ ਤੋਂ ਜਾਣ ਸਕਦੇ ਆ 댓 ਇਜ਼ ਕਾਲਡ ਕੀ ਹੋ ਸਕਦਾ ਹੈ ਪਰ ਲੋ ਧਿਆਨ ਨਾਲ ट्रांजिट कुकीज़ एंड इन मैमरी कुकीज़ ठीक है बी एंड सी आर द बोथ मतलब ई ऑप्शन इज द करैक्ट आंसर ठीक है नैक्सट क्वेश्चन चलते हाँ डैश एक्सपायरस एट ए स्पैसीफिक डेट और आफ्टर ए स्पैसीफिक लेंथ ऑफ टाइम आपने कि कुछ स्पैसीफिक टाइम स्पैसीफिक डेट के बाद ਮਤਲਬ ਜਿਹੜੀ ਕੁਕੀਜ਼ ਕੀ ਹੋ ਜਾਂਦੀਆਂ ਨੇ ਐਕਸਪਾਇਰ ਹੋ ਜਾਂਦੀਆਂ ਨੇ ਉਹ ਕਿਸ ਟਾਈਪ ਦੀਆਂ ਕੁਕੀਜ਼ ਹੁੰਦੀਆਂ ਨੇ ਪਰਸਿਸਟੈਂਟ ਪਰਸਿਸਟੈਂਟ ਕੁਕੀਜ਼ ਹੈ ਨਾ ਪਰਸਿਸਟੈਂਟ ਕੁਕੀਜ਼ ਤੁਹਾਨੂੰ ਇਦਾਂ ਹੀ ਯਾਦ ਰੱਖਣਾ ਪਏਗਾ ਗਾਇਸ ਹੈ ਨਾ ਤੇ ਨੈਕਸਟ ਕੁਐਸਚਨ ਹੈ ਪਰਸਿਸਟੈਂਟ ਕੁਕੀਜ਼ ਆਰ ਦੇ ਸਮ ਟਾਈਮ ਰੈਫਰਡ ਟੂ ਐਸ ਪਰਸਿਸਟੈਂਟ ਕੁਕੀਜ਼ ਨੂੰ ਆਪਾਂ ਸਮ ਟਾਈਮ ਕੀ ਕਹਿ ਦਿੰਦੇ ਆ ਟਰੈਕਿੰਗ ਕੁਕੀਜ਼ ਟਰੈਕਿੰਗ ਕੁਕੀਜ਼ ਹੈ ਨਾ ਨੈਕਸਟ ਕੁਐਸਚਨ ਤੇ ਚੱਲਦੇ ਆ ਵਨ ਲਾਈਨਰ ਵਨ ਵਰਡ ਕੁਐਸਚਨ ਹੁੰਦੇ ਨੇ ਗਾਇਜ਼ ਜਲਦੀ ਜਲਦੀ ਆਪਾਂ ਕੰਪਲੀਟ ਕਰਨਾ ਸੈਸ਼ਨ ਕਿਉਂਕਿ ਮੈਨੂੰ ਪਤਾ ਹੈ ਤੁਸੀਂ ਹੋਰ ਵੀ ਕਾਫੀ ਟੌਪਿਕ ਪੜ੍ਹਨੇ ਹੁੰਦੇ ਆ ਮੈਥ ਰੀਜ਼ਨਿੰਗ ਇੰਗਲਿਸ਼ ਜੀਕੇ ਹੈ ਨਾ a dash can only be transmitted over an encrypted connection ਪੰਜ অপਸ਼ਨ ਦਿੱਤੇ ਹੋਏ ਨੇ ਸਹੀ ਧਿਆਨ ਨਾਲ ਆਨਸਰ ਦਵੋ आप उसको का नाम दसनेक्शन है ना तो इसकी नैक्सट क्वेश्चन चलते हैं डैश इज द कुकी विद एन ओरिजन ऑफ टॉप लैवल डोमेन उस कुकी नाम दसने जो टॉप लैवल ऑफ द डोमेन होंगी है ना इसका सही आंसर है सुपर कुकीज नाम तो थोड़ा आइडियादर ट्रिकी जहाँ भी हो सद टॉप लेवल मतलब सुपर है ना बॉटम मतलब सब लेवल कह सकते हैं ठीक नेक्स ने दे है नेक्स्ट क्वेश्चन पे चलते हैं डैश कैन नॉट बी एक्सेस बाय क्लाइंट साइड एपीआई इज सच एज जावास्क्रिप्ट जावास्क्रिप्ट एपीआईज जा, क्लाइंट साइड सर्वर साइड आवरड आपा काफी बार कर चुके हैं है ना तो बार-बार मैं इसको नहीं मतलब دسنا चाहती अगर ਤੁਸੀਂ ਚਾਹੁੰਦੇ ਹੋ ਵੀ ਫੁੱਲ ਐਕਸਪਲੇਨੇਸ਼ਨ कमेंट करके जरूर दस्यो कि हाँ जी मैम समझ नहीं आया ठीक है तो इसका सही आंसर की है एच टी टी पी कुकी वेरी इंपोर्टेंट क्वेश्चन है काफ़ी बार पूछे जाता है ना एच टी टी पी कुकी बारे सिक्योर कुकीज़ बारे है ना कहते एच टी टी पी कुकी कैन नॉट बी एक्सेस बाय क्लाइंट सर्वर साइड क्लाइंट साइड ए पी आई सच एज जावा स्क्रिप्ट ठीक है नैक्सट क्वेश्चन चलते हैं कुकीज कंसिस्ट ऑफ ਕੁਕੀਜ਼ ਕਿਸ ਨਾਲ ਬਣੀਆਂ ਹੁੰਦੀਆਂ ਕੰਸਿਸਟ ਆਫ ਇਸ ਦੇ ਵਿੱਚ ਮਤਲਬ ਕਿੰਨੇ ਹਨ ਤੇ ਇਸ ਦੇ ਵਿੱਚ ਕੀ ਹੁੰਦਾ ਨੇਮ ਵੈਲਿਊ ਜ਼ੀਰੋ ਔਰ ਮੋਰ ਐਟਰੀਬਿਊਟਸ ਆਲ ਆਫ ਥੀਸ ડી অপਸ਼ਨ ਇਜ਼ ਦੀ கரੈਕਟ ਆਨਸਰ ਅੱਜ ਦਾ ਸਾਡਾ ਸੈਸ਼ਨ ਇੱਥੇ ਹੀ ਕੰਪਲੀਟ ਹੁੰਦਾ ਹੈ ਅੱਜ ਆਪਾਂ 20 ਪਲੱਸ ਕੁਸ਼ਚਨ ਕਰ ਚੁੱਕੀਆਂ ਵਿਦ ਥੋੜੀ ਥੋੜੀ ਐਕਸਪਲੇਨੇਸ਼ਨ ਹੈਨਾ ਜ਼ਿਆਦਾ ਐਕਸਪਲੇਨ ਨਹੀਂ ਕੀਤਾ ਕਿ ਦੇਖੋ ਇਦਾਂ ਦੇ ਕੁਐਸਚਨ ਆ ਤੁਹਾਨੂੰ ਕੁਕੀਜ਼ ਵਰਬ ਵਗੈਰਾ ਕੈਸ਼ੀ ਵਗੈਰਾ ਦੇ ਹੈ ਨਾ ਇਦਾਂ ਦੇ ਕੁਐਸਚਨ ਤੁਹਾਨੂੰ ਕਾਫੀ ਵਾਰ ਮਿਲ ਜਾਂਦੇ ਨੇ ਦੇਖਣ ਨੂੰ ਐਗਜ਼ਾਮਸ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਮੈਂ ਤੁਹਾਨੂੰ ਕਾਫੀ ਵਾਰ ਦੱਸ ਚੁੱਕੀ ਹਾਂ ਕਿ ਸਾਡਾ ਜਿਹੜਾ ਪੇਪਰ ਹੈ ਪੰਜਾਬ ਪਟਵਾਰੀ ਦਾ ਹਜੇ ਮਤਲਬ ਕਦੀ ਵੀ ਡਿਕਲੇਅਰ ਹੋ ਸਕਦਾ ਹੈ ਤੇ ਆਪਾਂ ਆਪਣੀ ਐਡਵਾਂਸ ਵਿੱਚ ਹੀ ਤਿਆਰੀ ਕਰਨੀ ਹੈ ਠੀਕ ਹੈ ਤੇ ਐਡਵਾਂਸ ਵਿੱਚ ਤਿਆਰੀ ਕਰਨ ਦਾ ਮਤਲਬ ਹੈਗਾ ਏ ਕਿ ਆਪਾਂ ਪਹਿਲੇ ਹੀ ਕੰਪਿਊਟਰ ਨੂੰ ਪੜ ਲੈਣਾ ਹੈ ਬਾਅਦ ਵਿੱਚ ਸਿਰਫ ਰਿਵੀਜ਼ਨ ਹੀ ਕਰਨੇ ਨੂੰ ਰਹੇਗੀ ਹੈ ਨਾ ਤੇ ਪਲੱਸ ਆਪਣੀ ਕਰੰਟ ਅਫੇਅਰ ਜੀਕੇ ਮੈਥ ਦੀ ਪ੍ਰੈਕਟਿਸ ਜ਼ਿਆਦਾ ਕਰਨੀ ਹੈ ਮੈਥ ਐਂਡ ਰੀਜ਼ਨਿੰਗ ਦੀ ਪ੍ਰੈਕਟਿਸ ਹੈਨਾ ਤੇ ਇੰਗਲਿਸ਼ ਹੈਨਾ ਟਾਈਮ ਟੂ ਟਾਈਮ ਜੀਕੇ ਤੇ ਕਰੰਟ ਅਫੇਅਰ ਜ਼ਿਆਦਾ ਅਪਡੇਟ ਰਹਿਣਾ ਹੈ ਠੀਕ ਹੈ ਜ਼ਿਆਦਾ ਸਕੋਰ ਕਰਨਾ ਹੁੰਦਾ ਇਸ ਇਨਾ ਪਾਰਟਸ ਵਿੱਚੋਂ ਤੇ ਚਲਦੇ ਹਾਂ ਹੁਣ ਗਾਇਸ ਹੁਣ ਮਿਲਾਂਗੇ ਨੈਕਸਟ ਵਾਲੀ ਵੀਡੀਓ ਵਿੱਚ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਚੈਨਲ ਨੂੰ ਤੁਹਾਡਾ ਆਪਣਾ ਚੈਨਲ ਹੈ ਗਿਲਜ਼ 멘ਟਰ ਠੀਕ ਹੈ ਈ-ਲਰਨਿੰਗ ਪਲੇਟਫਾਰਮ ਤੇ ਦੇਖੋ ਸਾਡੇ ਵਟਸਐਪ ਗਰੁੱਪ ਬਣੇ ਹੋਏ ਨੇ ਠੀਕ ਹੈ ਟੈਲੀਗ੍ਰਾਮਸ ਗਰੁੱਪ ਬਣੇ ਹੋਏ ਨੇ ਸਟੂਡੈਂਟਸ ਤੁਸੀਂ ਜਿਹੜੇ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੁੰਦਾ ਹੈ ਨਾ ਇਸ ਨੂੰ ਕਲਿੱਕ ਕਰਕੇ ਤੁਸੀਂ ਕਿਸੇ ਵੀ ਗਰੁੱਪ ਨੂੰ ਕੀ ਕਰ ਸਕਦੇ ਹੋ ਜੁਆਇਨ ਕਰ ਸਕਦੇ ਹੋ ਠੀਕ ਹੈ ਤੇ ਲਿੰਕ ਦਿੱਤੇ ਹੁੰਦੇ ਜਿਹੜਾ ਇਸ ਨੂੰ ਜੁਆਇਨ ਕਰਕੇ ਤੁਸੀਂ ਕੀ ਕਰ ਸਕਦੇ ਹੋ ਫ੍ਰੀ ਵਿੱਚ ਡਾਟਾ ਜਿਹੜਾ ਜਿੰਨਾ ਵੀ ਮਟੀਰੀਅਲ ਹੁੰਦਾ ਹੈ ਇਸ ਨੂੰ ਆਪ ਤੁਸੀਂ ਪਾ ਸਕਦੇ ਹੋ ਹੈਨਾ ਨੋਟਸ ਨੂੰ ਤੇ ਸਾਡਾ 50% ਆਫ ਚੱਲ ਰਿਹਾ ਹੈ ਈ-ਬੁੱਕਸ ਤੇ ਤੋਂ 35 ਮੋਕ ਟੈਸਟ ਸਿਲੈਕਸ਼ਨ ਟੈਸਟ ਬਣਾਏ ਗਏ ਨੇ ਤੁਸੀਂ ਕੀ ਕਰ ਸਕਦੇ ਹੋ ਇਸ ਨੂੰ ਪਰਚੇਸ ਕਰ ਸਕਦੇ ਹੋ ਠੀਕ ਹੈ ਗਾਇਜ਼ Thank you. Good evening.